ਪੰਜਾਬ ਸਰਕਾਰ ਦਾ ਅੱਜ ਬਜਟ ਪੇਸ਼ ਹੋਇਆ, ਕਿਸ ਤਰੀਕੇ ਦਾ ਬਜਟ ਲੱਗਿਆ? ਸਾਡੇ ਨਾਲ ਗੱਲਬਾਤ ਕਰਨ ਵਾਸਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮੌਜੂਦ ਹਨ। ਸਰ, ਜਿਸ ਤਰੀਕੇ ਨਾਲ ਬਜਟ ਪੇਸ਼ ਕੀਤਾ ਗਿਆ, 13% ਵਾਧਾ ਇਸ ਵਾਰ ਦੇਖਣ ਨੂੰ ਮਿਲਿਆ, ਕਿੱਦਾਂ ਦੇਖ? ਦੇਖੋ, ਪੰਜਾਬ ਦਾ ਬਜਟ 13% ਵਾਧੇ ਨਾਲ ਆਇਆ, ਔਰ ਅਸੀਂ ਹਰ ਸੈਕਟਰ ਨਾਲ, ਹਰ ਫੀਲਡ ਦੇ ਵਿੱਚ ਇਸ ਬਜਟ ਦੇ ਰਾਹੀਂ ਮਤਲਬ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਆ। ਪੂਰਾ ਬੈਲੈਂਸਡ ਬਜਟ ਜਿਹੜਾ ਪੇਸ਼ ਕੀਤਾ ਗਿਆ, ਸਿੱਖਿਆ ਦੇ ਉੱਤੇ ਜਿਹੜਾ ਆ ਉਹ ਤੁਸੀਂ ਦੇਖ ਲਿਆ, ਕਾਫੀ ਜ਼ੋਰ ਦਿੱਤਾ ਗਿਆ। ਜਿਵੇਂ ਪਿਛਲੀ ਵਾਰੀ ਸਕੂਲ ਆਫ ਐਮੀਨੈਂਸ ਸੀਗੇ ਸਾਡੇ, ਹੁਣ ਸਕੂਲ ਆਫ ਬ੍ਰਿਲੀਅੰਸ ਹੈਪੀਨੈਸ ਦੇ ਸਕੂਲ। ਸੋ ਇਹੋ ਜਿਹੀਆਂ ਅਸੀਂ ਬੜੀਆਂ ਨਵੀਆਂ ਤਜਵੀਜ਼ਾਂ ਜਿਹੜੀਆਂ ਨੇ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਲਿਆਉਂਦੀਆਂ ਨੇ। ਜਿੱਥੋਂ ਤੱਕ ਕਿਸਾਨਾਂ ਨੂੰ ਸਬਸਿਡੀ ਦੀ ਗੱਲ ਸੀਗੀ, ਡੋਮੈਸਟਿਕ ਬਿਜਲੀ ਬੋਰਡ ਦੀ ਸਬਸਿਡੀ ਦੀ ਗੱਲ ਸੀਗੀ, ਉਹਨੂੰ ਕੰਟੀਨਿਊ ਰੱਖਿਆ ਗਿਆ। ਜਿੰਨੀਆਂ ਸਾਡੀਆਂ ਲੇਡੀਜ਼ ਸਫ਼ਰ ਕਰਦੀਆਂ ਨੇ ਫਰੀ, ਉਹਨਾਂ ਦੀ ਵੀ ਸਹੂਲਤ ਜਿਹੜੀ ਆ ਉਹ ਜਾਰੀ ਰੱਖੀ ਗਈ ਆ। ਨਵੀਂ ਕਨਾਲ ਬਣਾਉਣ ਦੀ ਗੱਲ ਕੀਤੀ ਗਈ ਆ। ਸੋ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੇ ਇਨਫਰਾਸਟਰਕਚਰ ਦੇ ਵਿੱਚ ਵੀ ਪੂਰੀ ਜਿਹੜੀ ਆ ਉਹ ਤਰੱਕੀ ਜਿਹੜੀ ਆ ਉਹ ਹੋਏਗੀ। ਜਿਹੜੇ ਹੋਣੇ ਨੇ, ਦੇਖੋ ਅਸੀਂ 600 ਯੂਨਿਟ ਬਿਜਲੀ ਫਰੀ ਦੇਣ ਦੀ 2 ਮਹੀਨਿਆਂ ਦੀ ਸਾਡੀ ਜਿਹੜੀ ਆ ਪਿਛਲੇ 2 ਸਾਲਾਂ ਤੋਂ ਜਿਹੜੀ ਆ ਉਹ ਚੱਲ ਰਹੀ ਆ, ਔਰ ਅਸੀਂ ਇਸ ਬਜਟ ਦੇ ਵਿੱਚ ਵੀ ਪੂਰੀ ਪ੍ਰੋਵੀਜ਼ਨ ਕੀਤੀ ਹੈ, ਇਹ ਸਬਸਿਡੀ ਇਵੇਂ ਹੀ ਕੰਟੀਨਿਊ ਰਹੇਗੀ। ਸਿਹਤ ਸੈਕਟਰ ਦੀ ਗੱਲ ਕਰ ਲਈਏ, ਜ਼ਿਆਦਾ ਉਹਦੇ 'ਤੇ ਇੰਪੋਰਟੈਂਸ ਰਹਿੰਦੀ ਸੀ, ਇੱਕ ਪਾਸੇ ਬਿਜਲੀ ਜਿਹੜੀ ਆ ਉਹ ਫਿਰ ਫਰੀ ਰੱਖੀ ਜਾ ਰਹੀ ਹੈ, ਕੋਈ ਟੈਕਸ ਨਵਾਂ ਲਾਇਆ ਨਹੀਂ ਗਿਆ, ਲੋਕ ਇਹ ਵੀ ਕਹਿ ਰਹੇ ਨੇ, ਵਿਰੋਧੀ ਕਹਿ ਰਹੇ, ਫਿਰ ਪੈਸਾ ਸਰਕਾਰ ਕੋਲ ਕਿੱਥੇ ਆਏਗਾ? ਪੈਸਾ ਸਰਕਾਰ, ਅਸੀਂ ਪਿਛਲੀ ਵਾਰੀ ਵੀ ਸਾਡੇ ਰੈਵੀਨਿਊ ਵੱਧ ਰਿਹਾ, ਰੈਵੀਨਿਊ ਵੱਧ ਰਿਹਾ ਨਾ, ਤੁਸੀਂ ਦੇਖੋ ਸਾਡੀ CGST ਜਾਂ ਸਟੇਟ SGST ਜਿਹੜੀ ਆ ਉਹਦੇ 'ਚ ਵਾਧਾ ਹੋ ਰਿਹਾ, ਸਾਡੇ ਹੋਰ ਰੈਵੀਨਿਊ ਜਿਹੜੇ ਮਾਲ ਵਿਭਾਗ ਆ ਉਹਦੇ ਤੋਂ ਫਾਇਦਾ ਹੋ ਰਿਹਾ। ਅਸੀਂ ਬਿਜਲੀ ਦੇ ਖੇਤਰ ਦੇ ਵਿੱਚ ਦੇਖੋ, ਅਸੀਂ ਪਛਵਾੜਾ ਕੋਲ ਮਾਈਨ ਤੋਂ ਕੋਲ ਲੈ ਰਹੇ ਹਾਂ, ਸਾਡਾ ਹੁਣ ਤਾਂ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਾਸਤੇ ਵੀ ਸਾਡੀਆਂ ਰੇਕਸ ਆਉਣੀਆਂ ਸ਼ੁਰੂ ਹੋ ਗਈਆਂ ਨੇ। ਸੋ ਅਸੀਂ ਖਰਚੇ ਵੀ ਘਟਾ ਰਹੇ ਹਾਂ, ਨਾਲ ਦੇ ਨਾਲ ਰੈਵੀਨਿਊ ਵਧਾ ਰਹੇ ਹਾਂ, ਇਸ ਕਰਕੇ ਨਵੇਂ ਟੈਕਸ ਦੀ ਲੋੜ ਨਹੀਂ ਪੈਂਦੀ। ਖਰਚੇ ਘਟਾਏ ਜਾ ਰਹੇ ਨੇ ਅਤੇ ਬਜਟ ਨੂੰ ਜਿਹੜਾ ਹੈ ਉਹ ਗੱਲ ਕਰੀਏ ਤਾਂ ਚੰਗਾ ਬਜਟ ਕਹਿੰਦੇ ਹੋਏ ਕੈਬਨਿਟ ਮੰਤਰੀ ਨਜ਼ਰ ਆ ਰਹੇ ਨੇ, ਤਾਂ ਫਿਲਹਾਲ ਵਿਰੋਧੀਆਂ ਦੇ ਵੀ ਇਸ ਦੇ ਉੱਪਰ ਕੀ ਰਿਐਕਸ਼ਨ ਹੈ ਉਹ ਵੀ ਤੁਹਾਡੇ ਤੱਕ ਗੱਲ ਪਹੁੰਚਾਉਂਦੇ ਰਹਾਂਗੇ। ਕੈਮਰਾਮੈਨ ਅਮੀ ਦੇ ਨਾਲ ਨਵੀਨ ਸੇਠੀ, ਪੰਜਾਬ ਕੇਸਰੀ, ਜਗਬਾਣੀ।